ਬਿਹਾਰ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹ ਆਇਆ ਹੋਇਆ। ਹੁਣ ਮੀਂਹ ਤੋਂ ਬਾਅਦ ਬਰਸਾਤੀ ਡੱਡੂਆਂ ਵਾਂਗ ਨੇਤਾ ਵੀ ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚ ਰਹੇ ਨੇ। ਇਸ ਦੌਰਾਨ ਭਾਜਪਾ ਸਾਂਸਦ ਰਾਮ ਕਿਰਪਾਲ ਯਾਦਵ ਬੁੱਧਵਾਰ ਨੂੰ ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਪਹੁੰਚੇ ਤੇ ਡੁੱਬਦੇ ਹੋਏ ਵਾਲ ਵਾਲ ਬਚੇ। ਸਾਂਸਦ ਜੀ ਕਿਸ਼ਤੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਉਹਨਾਂ ਨਾਲ ਕੁਝ ਹੋਰ ਲੋਕ ਵੀ ਮੌਜੂਦ ਸੀ, ਜਿਸ ਦੌਰਾਨ ਸਾਂਸਦ ਰਾਮ ਕਿਰਪਾਲ ਦਾ ਸੰਤੁਲਨ ਵਿਗੜ ਗਿਆ ਤੇ ਕਿਸ਼ਤੀ ਡਗਮਗਾਉਣ ਲੱਗੀ ਤੇ ਕਿਸ਼ਤੀ ਵਿੱਚ ਮੌਜੂਦ ਸਾਰੇ ਲੋਕ ਪਾਣੀ ਵਿੱਚ ਡਿੱਗ ਗਏ। ਇਸ ਦੌਰਾਨ ਕੰਢੇ ਉੱਤੇ ਖੜੇ ਕੁਝ ਲੋਕਾਂ ਨੇ ਪਾਣੀ ਵਿੱਚ ਛਾਲ ਮਾਰ ਕੇ ਸਾਬਕਾ ਮੰਤਰੀ ਤੇ ਸਾਂਸਦ ਨੂੰ ਬਚਾਇਆ। ਬਿਊਰੋ ਰਿਪੋਰਟ, ਜਗਬਾਣੀ ਟੀਵੀ।